15 अगस्त दे करके इंडिपेंडेंस डे की प्रिपेयरनेस लई असी ऑलरेडी सारे सर्च ऑपरेशन जिले दे विच चलाए हुए है डिफरेंट टाइम्स दे उपर डिफरेंट टीम्स अंडर द सुपरविजन ऑफ गस्टेड ऑफिसर डीएसपी एसपी रैंक दे ऑफिसर डिफरेंट एरिया दे विच अपना काम कर रही हैं और बड़ा पुख्ता काम कर रही है एंटी सबोटेज चैकिंग कराई जा रही रेलवे स्टेशन बस स्टैंड सारा होटल जिन्ना कुछ भी एरिया है चैक किया जा रहा कल शाम नूं पठानकोट जम्मू हाईवे दे उपर जिहड़ा होटल हैगा जेपी रेजिडेंसी ਉਹਦੇ ਉੱਪਰ ਇਤਲਾਹ ਆਈ ਵੀ ਉੱਥੇ ਇੱਕ ਬੜਾ ਵੱਡਾ ਗੈਂਬਲਿੰਗ ਰੈਕਟ ਚੱਲ ਰਿਹਾ ਹੈ ਡੀਐਸਪੀ ਦੀ ਸੁਪਰਵਿਜ਼ਨ ਦੇ ਵਿੱਚ ਇੰਸਪੈਕਟਰ ਸੀਆਈਏ ਐਸਐਚਓ ਕਨਸਰਨਡ ਉਹਨਾਂ ਨੇ ਰੇਡ ਕੀਤਾ ਪ੍ਰੋਪਰ ਕਾਰਡਨ ਕੀਤਾ ਗਿਆ ਹੋਟਲ ਨੂੰ ਫਿਰ ਰੇਡ ਕੀਤਾ ਗਿਆ ਸਰਚ ਕੀਤੀ ਗਈ ਜਿਹਦੇ ਵਿੱਚ ਪੁਲਿਸ ਨੂੰ ਬਹੁਤ ਵੱਡੀ ਰਿਕਵਰੀ ਹੋਈ ਹੈ ਤਕਰੀਬਨ 21 ਬੰਦੇ ਇਨਕਲੂਡਿੰਗ ਮੈਨੇਜਰ ਆਫ ਦਾ ਪ੍ਰੋਪਰਟੀ ਉਹਨਾਂ ਨੂੰ ਅਰੈਸਟ ਕੀਤਾ ਗਿਆ 6,33,770 ਰੁਪਈਏ ਜਿਹੜੇ ਗੈਂਬਲਿੰਗ ਦੇ ਜੂਏ ਦੇ ਪਲੱਸ ਜਿਹੜੇ ਬੰਦੇ ਉੱਥੇ ਉਹਨੂੰ ਡਬਲ ਕਰਨ ਲਈ 100 ਝੂਠ ਬੋਲ ਕੇ ਉੱਥੇ ਜਿਹੜੀ ਚੀਟਿੰਗ ਕਰ ਰਹੇ ਸੀਗੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਉਹਨਾਂ ਦੇ ਵਹੀਕਲਸ ਜਿਹੜੇ ਸੀਗੇ ਡਿਫਰੈਂਟ ਕਾਰਸ ਮੋਟਰਸਾਈਕਲ ਸਕੂਟਰ ਉਹ ਰਿਕਵਰ ਕੀਤੇ ਗਏ ਔਰ ਇਹ ਸਾਰਾ ਜਿਹੜਾ ਆਪਰੇਸ਼ਨ ਹੈਗਾ ਉਹਨੂੰ ਨਪੇਰੇ ਚਾੜਾ ਗਿਆ ਮੈਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਬਾਕੀਆਂ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਵੀ ਆਲਰੇਡੀ ਉਸ ਹੋਟਲ ਦੇ ਮੈਨੇਜਰ ਨੂੰ ਸਵੇਰ ਦੇ ਟਾਈਮ ਕੱਲ੍ਹ ਸਵੇਰੇ ਕੰਸਰਨਡ ਐਸਐਚਓ ਨੇ ਵਾਰਨ ਕੀਤਾ ਸੀਗਾ ਵੀ ਜਦੋਂ ਕੋਈ ਬੰਦਾ ਬਾਹਰਲਾ ਆਵੇ ਉਹਦੀ ਆਈਡੀਜ਼ ਲੈਣੀਆਂ ਹੈਗੀਆਂ ਔਰ ਸਾਨੂੰ ਨਾਲ ਦੀ ਨਾਲ ਇਤਲਾਹ ਕਰਨੀ ਆ ਵੀ ਆਊਟਸਾਈਡਰ ਸਾਡੇ ਏਰੀਆ 'ਚ ਆਇਆ ਬਟ ਬਜਾਏ ਉਹਨੇ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਉਹਨੇ ਆ ਇਲੀਗਲ ਐਕਟੀਵਿਟੀ ਜਿਹੜੀ ਹੈ ਆਪਣੀ ਪ੍ਰੋਪਰਟੀ 'ਚ ਚਲਵਾ ਲਈ ਜਿਹਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈਗਾ ਤਕਰੀਬਨ 420 ਲਾ ਕੇ ਡਿਫਰੈਂਟ ਸੈਕਸ਼ਨਸ ਆਫ ਆਈਪੀਸੀ ਐਂਡ ਗੈਂਬਲਿੰਗ ਐਕਟ ਅਸੀਂ ਉਹ ਕੇਸ ਰਜਿਸਟਰ ਕੀਤਾ ਹੈਗਾ ਕਾਫੀ ਬੰਦੇ ਅਰੈਸਟ ਕੀਤੇ ਆ ਮੈਨੇਜਰ ਵੀ ਅਰੈਸਟ ਕੀਤਾ ਹੈਗਾ ਜਿਹੜਾ ਓਨਰ ਹੈਗਾ ਉਹਦਾ ਰੋਲ ਜਿਹੜਾ ਉਹਦਾ ਇਨਵੈਸਟੀਗੇਟ ਕੀਤਾ ਜਾ ਰਿਹਾ ਸੋ ਮੈਂ ਗੁਜ਼ਾਰਿਸ਼ ਕਰਾਂਗਾ ਬਾਕੀ ਵੀ ਸਾਥੀਆਂ ਨੂੰ ਵੀ ਪੁਲਿਸ ਨੂੰ ਸਹਿਯੋਗ ਕਰੋ ਜਿਹੜਾ ਇਹ ਸਾਰਾ ਸਿਸਟਮ ਹੈਗਾ ਇਹ ਤਾਂ ਹੀ ਸਿਰੇ ਚੜ੍ਹਦਾ ਜਦੋਂ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ ਸਹਿਯੋਗ ਕਰਦੇ ਹੈ ਇੱਦਾਂ ਦੀਆਂ ਐਕਟੀਵਿਟੀਜ਼ ਤੋਂ ਪਰਹੇਜ਼ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਮੁਹਿੰਮ ਹੈਗੀ ਹੈ ਇਹ ਹੋਰ ਵੀ ਸਖਤੀ ਨਾਲ ਲਾਗੂ ਕੀਤੀ ਜਾਊਗੀ ਥੈਂਕ ਯੂ ਬੜੀ ਗਰਮੀ ਅੱਜ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਉਹ ਪਾਣੀ ਵੀ ਪੀ ਲੈਨੇ ਆ ਉਹ ਪਹਿਲਾਂ ਸਾਨੂੰ ਕੂਲਰ ਦੀ ਠੰਡੀ ਹਵਾ ਤੇ ਲੈ ਲੈਂਦੇ ਹਲੋ ਪਾਣੀ ਪੀਓ ਉਹ ਬਈ ਸ਼ੁਕਰ ਆ ਸਾਨੂੰ ਵੀ ਗਰੀਬਾਂ ਨੂੰ ਕਿਤੇ ਕੂਲਰ ਦੀ ਠੰਡੀ ਹਵਾ ਨਸੀਬ ਹੋਈ ਸਹੀ ਗੱਲ ਆ ਪਹਿਲਾਂ ਤਾਂ ਬਿੱਲ ਦੇ ਡਰ ਕਰਕੇ ਸਾਰਾ ਸਾਰਾ ਦਿਨ ਕੂਲਰ ਨਹੀਂ ਚਲਾਉਂਦੇ ਸੀ ਆਪ ਵੀ ਗਰਮੀ 'ਚ ਮਰਦੇ ਸੀ ਬੱਚਿਆਂ ਨੂੰ ਵੀ ਗਰਮੀ 'ਚ ਮਾਰਦੇ ਸੀ 2 ਮਹੀਨਿਆਂ ਦੀ 600 ਯੂਨਿਟ ਤੇ 0 ਬਿਜਲੀ ਦਾ ਬਿੱਲ ਸਹੀ ਮਾਇਨੇ 'ਚ ਇਹ ਹੈ ਆਮ ਲੋਕਾਂ ਦੀ ਸਰਕਾਰ ਸ਼ੁਕਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪੰਜਾਬੀਓ 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਊ ਕਿਉਂਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ